ਇਸ ਵੇਲੇ ਦੀ ਵੱਡੀ ਖਬਰ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਤੇ ਹਮਲਾ ਹੋਇਆ ਦਰਸਲ ਬੀਤੀ ਦਿਨ ਰਾਤ 1 ਵਜੇ ਦੇ ਕਰੀਬ ਕੈਬਨਿਟ ਮੰਤਰੀ ਬਲਕਾਰ ਸਿੰਘ ਕਿਸੇ ਪ੍ਰੋਗਰਾਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਸੀ ਤਾਂ ਕੁਝ ਕਾਰ ਸਵਾਰ ਨੌਜਵਾਨਾਂ ਨੇ ਮੰਤਰੀ ਦੀ ਗੱਡੀ ਨੂੰ ਰੋਕ ਲਿਆ ਅਤੇ ਜਦੋਂ ਗਨਮੈਨ ਦੇ ਨਾਲ ਤੂ ਤੂ ਮਮਾ ਹੋਈ ਤਾਂ ਨੌਜਵਾਨਾਂ ਨੇ ਪਾਇਲਟ ਗੱਡੀ ਤੇ ਇੱਟਾਂ ਰੋੜੇ बरसा ਦਿੱਤੇ ਜੇ ਜਦੋਂ ਮੰਤਰੀ ਨੂੰ ਪਤਾ ਲੱਗਿਆ ਕਿ ਇਹ ਨੌਜਵਾਨ ਨਸ਼ੇ ਦੇ ਹਾਲਤ ਦੇ ਵਿੱਚ ਨੇ ਤਾਂ ਉਹਨਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਉਹ ਆਪਣੇ ਘਰ ਚਲੇ ਗਏ ਸੋ ਐਨਾ ਹੀ ਨਹੀਂ ਜਦੋਂ ਮੰਤਰੀ ਮਾਮਲਾ ਸ਼ਾਂਤ ਕਰਵਾਉਣ ਤੋਂ ਬਾਅਦ ਵਡਾਲਾ ਚੌਕ ਨੇੜੇ ਆਪਣੇ ਘਰ ਪਹੁੰਚੇ ਤਾਂ ਨੌਜਵਾਨ ਕਾਰ ਲੈ ਕੇ ਉਹਨਾਂ ਦੇ ਘਰ ਬਾਹਰ ਪਹੁੰਚ ਗਏ ਸੋ ਇਹਨਾਂ ਨੌਜਵਾਨਾਂ ਨੇ ਕੈਬਨਿਟ ਮੰਤਰੀ ਬਲਕਾਸ਼ ਸਿੰਘ ਦੇ ਘਰ ਦੇ ਬਾਹਰ ਖੂਬ ਹੰਗਾਮਾ ਕੀਤਾ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੰਤਰੀ ਨੇ ਪੁਲਿਸ ਦੇ ਹਾਲਾ ਅਧਿਕਾਰੀਆਂ ਨੂੰ ਦਿੱਤੇ ਜਿਸ ਤੋਂ ਬਾਅਦ ਕਿ ਪੁਲਿਸ ਟੀਮ ਤੁਰੰਤ ਹੀ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਪਹੁੰਚ ਗਈ ਪੁਲਿਸ ਨੇ ਘੇਰਾ ਬੰਦੇ ਕਰਕੇ ਤਿੰਨ ਨੌਜਵਾਨਾਂ ਨੂੰ ਫੜ ਲਿਆ ਤੇ ਬੀਤੀ ਦਿਨ ਰਾਤ ਸਵਾ 1 ਵਜੇ ਦੇ ਕਰੀਬ ਨੌਜਵਾਨਾਂ ਨੂੰ ਥਾਣੇ ਚ ਲਿਆਂਦਾ ਗਿਆ ਦਾਜੇ ਕਿ ਬਲਕਾਰ ਸਿੰਘ ਨੂੰ ਅਜੇ ਕੁਝ ਹੀ ਦਿਨ ਹੋਏ ਨੇ ਕੈਬਨਿਟ ਮੰਤਰੀ ਬਣਿਆ ਤੇ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਗੱਡੀ ਤੇ ਇਸ ਤਰ੍ਹਾਂ ਹਮਲਾ ਹੋਣਾ ਕਈ ਸਵਾਲ ਖੜੇ ਕਰਦਾ ਹੈ ਇਸ ਵੇਲੇ ਦੀ ਵੱਡੀ ਖਬਰ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਤੇ ਹਮਲਾ ਹੋਇਆ ਦਰਸਲ ਬੀਤੀ ਦਿਨ ਰਾਤ 1 ਵਜੇ ਦੇ ਕਰੀਬ ਕੈਬਨਿਟ ਮੰਤਰੀ ਬਲਕਾਰ ਸਿੰਘ ਕਿਸੇ ਪ੍ਰੋਗਰਾਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਸੀ ਤਾਂ ਕੁਝ ਕਾਰ ਸਵਾਰ ਨੌਜਵਾਨਾਂ ਨੇ ਮੰਤਰੀ ਦੀ ਗੱਡੀ ਨੂੰ ਰੋਕ ਲਿਆ ਅਤੇ ਜਦੋਂ ਗਨਮੈਨ ਦੇ ਨਾਲ ਤੂਤੂ ਮਮੇ ਹੋਈ ਤਾਂ ਨੌਜਵਾਨਾਂ ਨੇ ਪਾਇਲਟ ਗੱਡੀ ਤੇ ਇੱਟਾਂ ਰੋੜੇ ਵਰਸਾ ਦਿੱਤੇ ਤੇ ਜਦੋਂ ਮੰਤਰੀ ਨੂੰ ਪਤਾ ਲੱਗਿਆ ਕਿ ਇਹ ਨੌਜਵਾਨ ਨਸ਼ੇ ਦੇ ਹਾਲਤ ਦੇ ਵਿੱਚ ਨੇ ਤਾਂ ਉਹਨਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਉਹ ਆਪਣੇ ਘਰ ਚਲੇ ਗਏ ਸੋ ਐਨਾ ਹੀ ਨਹੀਂ ਜਦੋਂ ਮੰਤਰੀ ਮਾਮਲਾ ਸ਼ਾਂਤ ਕਰਵਾਉਣ ਤੋਂ ਬਾਅਦ ਵਡਾਲਾ ਚੌਕ ਨੇੜੇ ਆਪਣੇ ਘਰ ਪਹੁੰਚੇ ਤਾਂ ਨੌਜਵਾਨ ਕਾਰ ਲੈ ਕੇ ਉਹਨਾਂ ਦੇ ਘਰ ਬਾਹਰ ਪਹੁੰਚ ਗਏ ਸੂਚਨਾ ਨੌਜਵਾਨਾਂ ਨੇ ਕੈਬਨਟ ਮੰਤਰੀ ਬਲਕਾਸ਼ ਸਿੰਘ ਦੇ ਘਰ ਦੇ ਬਾਹਰ ਖੂਬ ਹੰਗਾਮਾ ਕੀਤਾ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੰਤਰੀ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਕਿ ਪੁਲਿਸ ਟੀਮ ਤੁਰੰਤ ਹੀ ਕੈਬਨਟ ਮੰਤਰੀ ਬਲਕਾਸ਼ ਸਿੰਘ ਦੇ ਘਰ ਪਹੁੰਚ ਗਈ ਪੁਲਿਸ ਨੇ ਘੇਰਾ ਬੰਦੀ ਕਰਕੇ ਤਿੰਨ ਨੌਜਵਾਨਾਂ ਨੂੰ ਫੜ ਲਿਆ ਤੇ ਬੀਤੀ ਦਿਨ ਰਾਤ ਸਵਾ 1 ਵਜੇ ਦੇ ਕਰੀਬ ਨੌਜਵਾਨਾਂ ਨੂੰ ਥਾਣੇ ਚਲਿਆਂਦਾ ਗਿਆ ਦਾਦੇ ਕਿ ਬਲਕੌਰ ਸਿੰਘ ਨੂੰ ਅਜੇ ਕੁਝ ਹੀ ਦਿਨ ਹੋਏ ਨੇ ਕੈਬਨਿਟ ਮੰਤਰੀ ਬਣਿਆ ਤੇ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਗੱਡੀ ਤੇ ਇਸ ਤਰ੍ਹਾਂ ਹਮਲਾ ਹੋਣਾ ਕਈ ਸਵਾਲ ਖੜੇ ਕਰਦਾ ਹੈ ਇਸ ਵੇਲੇ ਦੀ ਵੱਡੀ ਖਬਰ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਤੇ ਹਮਲਾ ਹੋਇਆ ਦਰਸਲ ਬੀਤੀ ਦਿਨ ਰਾਤ 1 ਵਜੇ ਦੇ ਕਰੀਬ ਕੈਬਨਿਟ ਮੰਤਰੀ ਬਲਕਾਰ ਸਿੰਘ ਕਿਸੇ ਪ੍ਰੋਗਰਾਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਸੀ ਤਾਂ ਕੁਝ ਕਾਰ ਸਵਾਰ ਨੌਜਵਾਨਾਂ ਨੇ ਮੰਤਰੀ ਦੀ ਗੱਡੀ ਨੂੰ ਰੋਕ ਲਿਆ ਅਤੇ ਜਦੋਂ ਗਨਮੈਨ ਦੇ ਨਾਲ ਤੂ ਤੂ ਮੈ ਮੈ ਹੋਈ ਤਾਂ ਨੌਜਵਾਨਾਂ ਨੇ ਪਾਇਲਟ ਗੱਡੀ ਤੇ ਇੱਟਾਂ ਰੋੜੇ ਬਰਸਾ ਦਿੱਤੇ ਤੇ ਜਦੋਂ ਮੰਤਰੀ ਨੂੰ ਪਤਾ ਲੱਗਿਆ ਕਿ ਇਹ ਨੌਜਵਾਨ ਨਸ਼ੇ ਦੇ ਹਾਲਤ ਦੇ ਵਿੱਚ ਨੇ ਤਾਂ ਉਹਨਾਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਉਹ ਆਪਣੇ ਘਰ ਚਲੇ ਗਏ ਸੋ ਐਨਾ ਹੀ ਨਹੀਂ ਜਦੋਂ ਮੰਤਰੀ ਮਾਮਲਾ ਸ਼ਾਂਤ ਕਰਵਾਉਣ ਤੋਂ ਬਾਅਦ ਵਡਾਲਾ ਚੌਕ ਨੇੜੇ ਆਪਣੇ ਘਰ ਪਹੁੰਚੇ ਤਾਂ ਨੌਜਵਾਨ ਕਾਰ ਲੈ ਕੇ ਉਹਨਾਂ ਦੇ ਘਰ ਬਾਹਰ ਪਹੁੰਚ ਗਏ ਸਵੈਨਰ ਨੌਜਵਾਨਾਂ ਨੇ ਕੈਬਨਟ ਮੰਤਰੀ ਬਲਕਾਸ਼ ਸਿੰਘ ਦੇ ਘਰ ਦੇ ਬਾਹਰ ਖੂਬ ਹੰਗਾਮਾ ਕੀਤਾ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੰਤਰੀ ਨੇ ਪੁਲਿਸ ਦੇ ਹਾਲਾ ਅਧਿਕਾਰੀਆਂ ਨੂੰ ਦਿੱਤੇ ਜਿਸ ਤੋਂ ਬਾਅਦ ਕਿ ਪੁਲਿਸ ਟੀਮ ਤੁਰੰਤ ਹੀ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਪਹੁੰਚ ਗਈ ਪੁਲਿਸ ਨੇ ਘੇਰਾ ਬੰਦੇ ਕਰਕੇ ਤਿੰਨ ਨੌਜਵਾਨਾਂ ਨੂੰ ਫੜ ਲਿਆ ਤੇ ਬੀਤੀ ਦਿਨ ਰਾਤ ਸਵਾ 1 ਵਜੇ ਦੇ ਕਰੀਬ ਨੌਜਵਾਨਾਂ ਨੂੰ ਥਾਣੇ ਚ ਲਿਆਂਦਾ ਗਿਆ ਦਾਜੇ ਕਿ ਬਲਕਾਰ ਸਿੰਘ ਨੂੰ ਅਜੇ ਕੁਝ ਹੀ ਦਿਨ ਹੋਏ ਨੇ ਕੈਬਨਿਟ ਮੰਤਰੀ ਬਣਿਆ ਤੇ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਗੱਡੀ ਤੇ ਇਸ ਤਰ੍ਹਾਂ ਹਮਲਾ ਹੋਣਾ ਕਈ ਸਵਾਲ ਖੜੇ ਕਰਦਾ ਹੈ